ਮੱਥਾ ਟੇਕਣਗੇ। ਲੋਕਾਂ ਨਾਲ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਉਦੋਂ ਵਾਪਰਦਾ ਜਦੋਂ ਲੋਕ ਲਾਈਨਾਂ ਦੇ ਵਿੱਚ ਲੱਗੇ ਹੁੰਦੇ ਆ ਅਤੇ ਮੰਦਿਰ ਦੇ ਅੰਦਰ ਜਾਣ ਦੀ ਵੇਟ ਕਰਦੇ ਆ, ਅਤੇ ਉਦੋਂ ਹੀ ਲੋਕ ਜਿਹੜੇ ਇੱਕ ਦੂਜੇ ਨੂੰ ਧੱਕਾ ਮੁੱਕੀ ਕਰਨ ਲੱਗ ਜਾਂਦੇ ਆ, ਅਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁੱਟਮਾਰ ਵੀ ਕੀਤੀ ਗਈ ਹੈ। ਇੱਕ ਕੁੱਟਮਾਰ ਤੋਂ ਬਾਅਦ ਕਿ ਇੱਕਦਮ ਹੀ ਜਿਹੜੇ ਲੋਕ ਲਾਈਨਾਂ ਦੇ ਵਿੱਚ ਖੜ੍ਹੇ ਤੇ ਉਹਨਾਂ ਦੇ ਵਿੱਚ ਭੱਜ। ਪੰਜਾਬ 'ਚ ਉਦੋਂ ਤੋਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ 'ਤੇ ਠੱਲ ਪਈ ਹੈ, ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ। ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ, ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ, ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਮੱਚ ਜਾਂਦੀ ਹੈ ਅਤੇ ਕਈ ਲੋਕ ਇਸ ਭੱਜ ਦੌੜ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਅਤੇ 8 ਲੋਕਾਂ ਦੀ ਇਸ ਦੇ ਵਿੱਚ ਜਾਨ ਵੀ ਚਲੀ ਗਈ ਹੈ। ਇਹ ਖਬਰ ਬਿਹਾਰ ਦੀ ਆ, ਬਿਹਾਰ ਦੇ ਇੱਕ ਇਲਾਕੇ ਦੀ ਹੈ ਜਿੱਥੇ ਕਿ ਦੱਸਦੀ ਹੈ ਕਿ ਲੋਕ ਮੱਥਾ ਟੇਕਣ ਲਈ ਗਏ ਸੀ। ਜਹਾਨਾਬਾਦ ਦੀ ਖਬਰ ਹੈ, ਬਿਹਾਰ ਦੇ ਜਹਾਨਾਬਾਦ ਦੀ ਖਬਰ ਹੈ ਜਿੱਥੇ ਲੋਕ ਮੱਥਾ ਟੇਕਣ ਲਈ ਗਏ ਸੀ। ਦੱਸਦੀ ਹੈ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਦੇ ਵਿੱਚ ਲੋਕ ਸ਼ਿਵ ਮੰਦਿਰ ਜਾਂਦੇ ਨੇ ਮੱਥਾ ਟੇਕਣ ਲਈ। ਲੋਕ ਮੰਦਿਰ ਦੇ ਵਿੱਚ ਜਾਂਦੇ ਆ ਜਿੱਥੇ ਕਿ ਲੋਕ ਮੱਥਾ ਟੇਕਣ ਲਈ ਗਏ ਸੀ, ਤਾਂ ਉਸ ਵਕਤ ਇਹਨਾਂ ਦੇ ਨਾਲ ਵੱਡਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਸ ਵੇਲੇ ਸ਼ਰਧਾਲੂ ਜਿਹੜੇ ਖੜ੍ਹੇ ਸੀ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ ਅਤੇ ਲੰਬੀਆਂ ਲਾਈਨਾਂ ਸੀ, ਲੰਬੀਆਂ ਲਾਈਨਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਧੱਕਾ ਮੁੱਕੀ ਕਰਦੇ ਆ ਅਤੇ ਕਈ ਲੋਕ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੇ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਇੱਕ ਦੂਜੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਆ। ਕੁੱਟਮਾਰ ਕਰਦੇ ਹੀ ਉਸ ਵਕਤ ਜਿਹੜਾ ਅਚਾਨਕ ਹੀ ਭੱਜ ਦੌੜ ਮੱਚ ਜਾਂਦੀ ਹੈ, ਭੱਜ ਦੌੜ ਮੱਚਦੇ ਹੀ ਲੋਕ ਜਿਹੜੇ ਆ ਕਈ ਲੋਕ ਹੇਠਾਂ ਡਿੱਗ ਜਾਂਦੇ ਨੇ ਅਤੇ ਡਿੱਗਣ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਂਦੇ ਨੇ ਅਤੇ ਇਹਨਾਂ ਨੂੰ ਜ਼ਖਮੀਆਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਸ ਵਿੱਚ ਇਸ ਹਾਦਸੇ ਵਿੱਚ 8 ਲੋਕ ਜਿਹੜੇ ਉਹਨਾਂ ਦੀ ਜਾਨ ਚਲੀ ਗਈ ਆ। ਪ੍ਰਸ਼ਾਸਨ ਜਿਹੜਾ ਮੌਕੇ 'ਤੇ ਪਹੁੰਚਿਆ, ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਸ ਸਾਰੇ ਮਾਮਲੇ ਦਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ, ਦੇਖਿਆ ਜਾ ਰਿਹਾ ਕਿ ਕਿਵੇਂ ਇਹ ਪੂਰਾ ਮਾਮਲਾ ਜਿਹੜੇ ਘਟਨਾ ਜਿਹੜੀ ਹੈ ਕਿਵੇਂ ਵਾਪਰੀ ਹੈ ਅਤੇ ਵੱਡੇ ਅਧਿਕਾਰੀ ਜਿਹੜੇ ਆ ਉਹ ਵੀ ਮੌਕੇ 'ਤੇ ਉੱਥੇ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਪੂਰੀ ਜਿਹੜਾ ਦੇਖਿਆ ਜਾ ਰਿਹਾ ਵਾ, ਹਰ ਮਾਮਲੇ ਦੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਅਤੇ ਦੇਖਿਆ ਜਾ ਰਿਹਾ ਕਿ ਕਿਹੜੇ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ, ਕਿਵੇਂ ਹਾਦਸਾ ਵਾਪਰਿਆ ਅਤੇ ਬਿਹਾਰ ਦੇ ਜਹਾਨਾਬਾਦ ਦੀ ਇਹ ਖਬਰ ਆ। ਬਿਹਾਰ ਦੇ ਜਹਾਨਾਬਾਦ ਦੇ ਵਿੱਚ ਸਿੱਧੇਸ਼ਵਰ ਦਾ ਮੰਦਿਰ ਸੀ, ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਲੋਕ ਪਹੁੰਚੇ ਸੀ, ਲੋਕਾਂ ਦੀ ਲੰਬੀ ਭੀੜ ਸੀ, ਸ਼ਰਧਾਲੂ ਉੱਥੇ ਖੜ੍ਹੇ ਸੀ ਲਾਈਨਾਂ ਦੇ ਵਿੱਚ, ਸ਼ਰਧਾਲੂਆਂ ਦੀ ਲੰਬੀ ਭੀੜ ਸੀ, ਭੀੜ ਚੱਲਦੇ ਲੋਕ ਮੰਦਿਰ ਦੇ ਵਿੱਚ
ਵੇਟ ਕਰ ਰਹੇ ਸੀ, ਮੰਦਿਰ ਦੇ ਅੰਦਰ ਜਾਣ ਦੀ ਵੇਟ ਕਰ ਰਹੇ ਸੀ, ਤਾਂ ਉਸ ਵਕਤ ਇਹ ਲੰਬੀਆਂ ਲਾਈਨਾਂ ਦੇ ਵਿੱਚ ਖੜ੍ਹੇ ਲੋਕ ਜਿਹੜੇ ਇੱਕ ਦੂਜੇ ਨੂੰ ਧੱਕਾ ਮੁੱਕੀ ਕਰਨ ਲੱਗਦੇ ਆ ਜਦੋਂ ਇਹ ਹਾਦਸਾ ਜਿਹੜਾ ਵਾਪਰਦਾ ਹੈ। ਤਾਂ ਉੱਥੇ ਲੋਕ ਮੌਜੂਦ ਸੀ ਅਤੇ ਪੁਲਿਸ ਵੀ ਸੀ, ਪੁਲਿਸ ਦੇ ਵੱਲੋਂ ਵੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ। ਜਿਹੜੇ ਲੋਕ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ, ਅਤੇ ਪੁਲਿਸ ਦੇ ਵੱਲੋਂ ਕੀ ਜਾਂਚ ਕੀਤੀ ਜਾ ਰਹੀ ਹੈ, ਕੀ ਦੇਖਿਆ ਜਾ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮੇਨ ਕਾਰਨ ਤਾਂ ਫੂਲ ਵਾਲਾ ਹੈ, ਦੂਸਰਾ ਕਾਰਨ ਪ੍ਰਸ਼ਾਸਨ ਹੈ। ਪ੍ਰਸ਼ਾਸਨ ਅਗਰ ਸਹੀ ਰਹਤਾ ਤੋ ਫੂਲ ਵਾਲਾ ਮਾਲਾ ਵਾਲਾ ਉਹ ਮਾਰਪੀਟ ਨਹੀਂ ਕਰਤਾ। ਉਹ ਘਟਨਾ ਮਾਰਪੀਟ ਕੀ ਵਜਹ ਸੇ ਹੋਈ ਹੈ? ਹਾਂ ਜੀ, ਮਾਰਪੀਟ ਹੁਆ ਹੈ। ਹਮ ਲੋਗ ਇੱਕਦਮ ਸਾਹਮਣੇ ਐਸੇ ਐਸੇ ਝਗੜਾ ਹੋ ਰਹਾ ਹੈ ਮਾਰਪੀਟ। ਆਪ ਵਹਾਂ ਪੇ ਮੌਜੂਦ ਥੇ? ਜੀ, ਹਮਕੋ ਵੀ ਹਮ ਕਿਤਨਾ ਆਦਮੀ ਲਗੇ ਹੋਏ ਥੇ, ਹਮ ਲਾਸਟ ਪਰਸਨ ਕੋ ਖੀਚ ਕੇ ਨਿਕਾਲਾ ਹੈ ਨਾ, ਤੋ ਦੋ ਚਾਰ ਮਿੰਟ ਔਰ ਰਾਸਤੇ ਤੋ ਭਾਈ ਹਮ ਵੀ ਮਰ ਗਏ। ਘਟਨਾ ਕੈਸੇ ਕੈਸੇ ਘਟਾ? ਘਟਨੇ ਕੇ ਘਟਨਾ ਵੀ ਭਗਦੜ ਕੇ ਕਾਰਨ ਘਟਾ। ਅੱਛਾ, ਤੋ ਕਿਆ ਵਹਾਂ ਪੁਲਿਸ ਥੀ? ਪੁਲਿਸ ਵਹਾਂ ਪਰ ਇੱਕ ਵੀ ਨਹੀਂ ਦਿਖੀ। ਹਰ ਰਸਤਾ ਮੈਂ ਹਰ ਜਗ੍ਹਾ ਪੁਲਿਸ ਥੀ, ਲੇਕਿਨ ਵਹਾਂ ਪਰ ਨਹੀਂ ਥੀ। ਪੁਲਿਸ ਵਹਾਂ ਪਰ ਰਹਤਾ ਤੋ ਇਤਨਾ ਬੜਾ ਘਟਨਾ ਨਹੀਂ ਹੋਤਾ। ਕਿਤਨਾ ਲੋਗ ਘਾਇਲ ਹੋਗਾ ਟੋਟਲ? ਮੇਰੇ ਖਿਆਲ ਸੇ 50-60 ਕੇ ਆਸਪਾਸ। ਜੀ, ਮੌਤ ਕਿਤਨੇ ਲੋਗ ਕੀ? ਮੌਤ ਤੋ ਕਮ ਸੇ ਕਮ 10-15 ਸੇ ਕਮ ਨਹੀਂ ਹੁਆ। ਆਪਕਾ ਨਾਮ ਕਿਆ ਹੈ? ਜੀ, ਹਮਾਰਾ ਨਾਮ ਮਨੋਜ ਸਿੰਘ। ਘਟਨਾ ਸਥਲ ਪਰ ਥੇ ਵਹਾਂ? ਜੀ ਹਾਂ, ਹਮਕੋ ਵੀ ਸਭ ਚੋਟ ਹੈ ਨਾ ਭਈਆ, ਦੇਖੇ ਨਾ ਸਭ ਕਟਾ ਫਟਾ ਹੈ ਸਭ। ਘਰ ਆਪਕਾ ਕਹਾਂ ਹੈ? ਜੀ, ਹਮਾਰਾ ਇਹ ਸੇਵਨ ਘਰ ਹੈ। परिजन से मिल रहे हैं, सत्यापन कर रहे हैं उनका, फिर विधिवत सम्मत जो भी पोस्टमार्टम होगा हम लोग करवा रहे हैं। अभी सर क्षेत्र में ही है और सब जगह जहाँ जहाँ जो भी सूचनाएं मिली है की कहाँ कहाँ आयल है ये विजिट कर रहे हैं सब। यहाँ पे संख्या को लेकर ये किया जा रहा है कि कितनी अभी अभी हमारे पास 7 है। जो रेलिंग था ऊपर का वो टूट गया, जिसमें करीब बहुत से लोगों की जान भी गई है। करीब यहाँ जहानाबाद का पोस्टमार्टम हाउस है, यहाँ पे अभी कुछ लोग आए हैं, बाकी मखदुमपुर में है और लोगों को अभी तलाश जारी है। मृतकों की संख्या कितनी हो सकती है? अभी तक करीब यहाँ पे भी 10-12 है, अभी मखदुमपुर में और है और गया भी गया है। थोड़ा सा प्रशासन की लापरवाही से भी सब होता है। मेन कारण तो फूल वाला है, दूसरा कारण प्रशासन है। प्रशासन अगर सही रहता तो फूल वाला माला वाला वो मारपीट नहीं करता। वो घटना मारपीट की वजह से हुई है। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।